ਹਾਂ ਬੰਦਾ ਉਹਦੇ ਲੈਣ ਗਿਆ, ਤੈਨੂੰ ਦੱਸਿਆ ਵੀ ਮੰਗਤਾ ਬਣ ਕੇ ਉਹ ਰੋਟੀ ਮੰਗਣ ਜਾਇਆ ਕਰੇ, ਸੂਹ ਹੌਲੀ ਹੌਲੀ ਕੱਢਿਆ ਕਰੇ, ਉਹਦੇ ਆਂਢੋ ਗੁਆਂਢੋ ਸੂਹ ਕੱਢੀ, ਸਿੱਖਾਂ ਤੋਂ ਕੱਢੀ ਤੇ ਰਿਸ਼ਤੇਦਾਰਾਂ ਤੋਂ ਕੱਢੀ ਵੀ ਫਲਾਣੇ ਥਾਂ ਰਹਿੰਦੀਆਂ ਨੇ ਤੇ ਕੱਢ ਕੁੱਢ ਕੇ ਫਿਰ ਉਹਦੇ ਮੱਥੇ ਲੱਗਿਆ। ਅੱਛਾ ਮੰਗਣ ਵਾਲਾ ਬਣ ਕੇ ਉਹਦਾ ਬੰਦਾ? ਹਾਂ ਮੰਗਣ ਵਾਲਾ ਬਣ ਕੇ ਕੜਾ ਪਾਇਆ, ਕੱਛ ਕੜਾ ਕਿਰਪਾਨ ਇਹ ਕੁਛ ਹੁੰਦਾ ਸੀ ਉਹਨਾਂ ਦੇ, ਸੱਜੂ ਭੱਟ ਉੱਥੇ ਤੈਨੂੰ ਦੱਸਿਆ ਵੀ ਜਦੋਂ ਉਹਨਾਂ ਨੂੰ ਤੋਰਿਆ ਨਾ, ਉਹਨਾਂ ਨੂੰ ਕਹਿਣ ਲੱਗੇ ਵੀ ਨਿਕਲ ਜਾਓ ਇੱਥੋਂ, ਮਾਰ ਮਾਰ ਕੇ ਕੱਢਣ ਲੱਗ ਗਿਆ ਅਗਲੇ, ਭੱਜ ਲਏ ਜਾਨਾਂ ਆਪਦੀਆਂ ਲੈ ਕੇ, ਹੈਂ ਹੋਰ ਜਾਨਾਂ ਹੀ ਲੈ ਕੇ ਭੱਜੇ ਨੇ ਉੱਥੇ, ਚੱਕਣ ਕੋਈ ਸਹਿੰਦੇ ਕੋਈ ਬਿਸਤਰਾ ਬੁਸਤਰਾ ਚੱਕਦੇ, ਚੱਕਣਾ ਕੀ ਸੀ ਉਹ ਤਾਂ ਤੈਨੂੰ ਦੱਸਿਆ ਵੀ ਬੱਚੇ ਇੱਕ ਦੋ ਬੱਚੇ ਇੱਦਾਂ ਸੁੱਟ ਦਿੱਤੇ, ਐਡਾ ਬੱਚਾ ਮਾਂ ਨੇ ਸੁੱਟ ਦਿੱਤਾ, ਉਹ ਲੱਗਿਆ ਰੋਣ, ਕੋਈ ਸੀ ਨਾਲ ਜਿਹੜੇ ਇਹ ਕਹਿੰਦੇ ਨਾ ਫਾਤਮਾ ਚੁੱਕ ਲਿਆ, ਕਹਿੰਦੇ ਖਰਾ ਇਹਦਾ ਸਦਕਾ ਅੱਲਾ ਨੇ ਆਪਾਂ ਨੂੰ ਬਚਾ ਦੇਣਾ, ਚੁੱਕ ਲਿਆ ਉਹ ਮੁੰਡਾ ਹਜੇ ਹੈਗਾ ਹੁਣ ਪੋਤੇ ਪੋਤੀਆਂ ਵਾਲਾ। ਸਾਨੂੰ ਉਹਨਾਂ ਨੇ ਦੱਸਿਆ, ਉਹਨਾਂ ਨੂੰ ਖਬਰ ਆਈ ਸਿੱਖਾਂ ਨੂੰ, ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ ਨਾ ਆਪਣਾ ਸਮਾਨ ਸਮੂਨ ਪੁੰਜ ਲਓ, ਬੰਨ ਲਓ ਤੇ ਤੁਹਾਨੂੰ ਅਸੀਂ ਛੱਡਾਈਏ, ਤੇ ਵੱਡ ਬਣਾਂਗਾ ਹੋ ਗਿਆ, ਰੌਲਾ ਬਣ ਗਿਆ, ਪਾਕਿਸਤਾਨ ਵਾਲੇ ਇੱਧਰ ਨੂੰ ਆ ਗਏ ਤੇ ਇੱਧਰ ਲੈਣ ਹੁਣ ਪਾਕਿਸਤਾਨ ਜਾਣਾ ਪੈਣਾ। ਸਾਨੂੰ ਉਹਨਾਂ ਨੇ ਭੈਣਾਂ ਭਰਾਵਾਂ ਵਾਂਗੂ ਹੀ ਦੱਸਤਾ ਤੇ ਤੁਹਾਡੇ ਪਿੰਡ ਦੇ ਸਿੱਖਾਂ ਨੇ? ਹਾਂ ਜੀ ਸਿੱਖਾਂ ਨੇ, ਜਿਹਨਾਂ ਦੇ ਅਸੀਂ ਪੈਲੀ ਪਾਉਂਦੇ ਤੇ ਕਿ ਰਾਤ ਨੂੰ ਛੱਡਣ ਗਏ ਤੇ, ਕਿਉਂਕਿ ਵੀ ਜੇ ਅਸੀਂ ਦੇਖ ਲਏ ਨਾ ਸਿੱਖਾਂ ਨੇ ਸਾਡੇ ਨਾਲ ਘਬਰਾਉਣਗੇ ਵੀ ਤੁਸੀਂ ਇਹਨਾਂ ਨੂੰ ਮੁਸਲਮਾਨਾਂ ਨੂੰ ਕਿਉਂ ਛੱਡ ਕੇ ਆਉਂਦੇ ਹੋ। ਅੱਛਾ ਤੁਹਾਨੂੰ ਉਹਨਾਂ ਨੇ ਲੁਕੋ ਕੇ ਛੱਡ ਕੇ ਗਏ? ਲੁਕੋ ਕੇ ਛੱਡ ਕੇ ਗਏ, ਸਾਡਾ ਬਾਲ ਗੰਗਾ ਨਹੀਂ ਸੀ ਹੋਣ ਦਿੱਤਾ ਉਹਨਾਂ ਨੇ ਸਿੱਖਾਂ ਨੇ। ਹਾਂ ਆਮਨਾ ਮਾਨ ਤੈਨੂੰ ਦੱਸਿਆ ਵੀ ਫਿਰ ਜਦੋਂ ਸਾਨੂੰ ਛੱਡ ਕੇ ਗਏ ਨੇ ਨਾ ਉਹ, ਫਿਰ ਸਾਨੂੰ ਉਹ ਨਾਲ ਲੈ ਕੇ ਸਾਡੇ ਸਮਾਨ ਦੇ ਗੱਡੇ ਭਰ ਕੇ ਮਾਲ ਸਾਰਾ ਸਾਡਾ ਲੈ ਕੇ ਨਾ, ਫਿਰ ਉਹ ਸਾਨੂੰ ਹੱਦ ਤੋਂ ਬਾਹਰ ਰਿਸ਼ਤੇਦਾਰਾਂ ਦੇ ਛੱਡ ਕੇ ਗਏ ਨੇ, ਸਾਨੂੰ ਨਹੀਂ ਕੁਛ ਵੀ ਕਿਹਾ ਸਿੱਖਾਂ ਨੇ। ਜਿਹੜੇ ਹੋਰ ਪਿੰਡ ਸੀ ਨਾ ਉਹਨਾਂ ਦਾ ਵੱਢ ਵਢਾਂਗਾ ਬਹੁਤ ਕੀਤਾ ਅਤੇ ਬੁੱਢੀਆਂ ਵੀ ਜਵਾਨਾਂ ਨੂੰਹਾਂ ਧੀਆਂ ਲੈ ਗਏ ਸੀ ਅਤੇ ਬੱਚਿਆਂ ਨੂੰ ਬੁੱਢਿਆਂ ਨੂੰ ਸਭ ਮਾਰ ਮਾਰ ਕੇ ਛੁੱਟੀਆਂ ਆਉਂਦੇ ਤੇ ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮੁ ਅਲੈਕੁਮ, ਸਤਿ ਸ਼੍ਰੀ ਅਕਾਲ ਦੋਸਤੋ। ਅਸੀਂ ਇੱਕ ਮਾਂ ਜੀ ਕੋਲ ਬੈਠੇ ਹਾਂ ਅਤੇ ਇਹ ਮਾਂ ਨੂੰ 47 ਦੀ ਕਹਾਣੀ ਦਾ ਪਤਾ ਵਾ, ਇਹਨਾਂ ਨੇ ਪਾਕਿਸਤਾਨ ਬਣਦਾ ਵੇਖਿਆ ਵਾ ਔਰ ਉਸ ਵੇਲੇ ਦੀ ਗੱਲਬਾਤ ਜਾਣਦੇ ਆ। ਉਹ ਫਿਰ ਮਾਂ ਜੀ ਦੇ ਕੋਲੋਂ 47 ਦੀ ਕਹਾਣੀ ਸੁਣਦੇ ਹਾਂ ਤੁਹਾਡੇ ਰੂਬਰੂ ਪੇਸ਼। ਅਸਲਾਮੁ ਅਲੈਕੁਮ ਮਾਂ ਜੀ। ਵਾਲੇਕੁਮ ਸਲਾਮ ਜੀ। ਅੱਛਾ ਕੀ ਜੀ ਕੀ ਨਾਮ ਆ ਆਪਣਾ? ਮੇਰਾ ਨਾਮ ਸਦੀਕ ਨੇ। ਅੱਛਾ ਤੁਹਾਡੇ ਬਾਪ ਦਾ ਨਾਂ? ਮੇਰੇ ਬਾਪ ਦਾ ਨਾਂ ਲਾਈ ਬਖਸ। ਦਾਦੇ ਦਾ ਨਾਂ ਕਾਲੂ। ਕਾਲੂ ਕੌਮ ਕੀ ਆਪਣੀ ਮਾਂ ਜੀ? ਕੰਬੋ। ਕੰਬੋ ਬਰਾਦਰੀ? ਹਾਂ ਜੀ ਬਰਾਦਰੀ ਕੰਬੋ। ਅੱਛਾ ਮਾਂ ਤੁਸੀਂ ਬੈਠੇ ਆ ਸਿੱਖਾਂ ਦੀ ਕਾਂ ਵਾਲੀ? ਹਾਂ ਜੀ। ਤਹਿਸੀਲ ਸ਼ਾਹਕੋਟ ਤੇ ਜ਼ਿਲ੍ਹਾ ਨਨਕਾਣਾ ਸਾਹਿਬ? ਹਾਂ ਜੀ। ਤੇ ਲਾਗੇ ਲਾਗੇ ਪਿੰਡ ਆ ਭੋਲਾ ਚੱਕ? ਪੰਚਕ। ਪੰਚਕ ਰਾਈਆਂ ਦੀ ਕਾਂ ਵਾਲੀ। ਅੱਛਾ ਜਦੋਂ ਪਾਕਿਸਤਾਨ ਬਣੇ ਕਿਹੜੇ ਪਿੰਡੋਂ ਆਏ ਸੀ? ਅਸੀਂ ਜੀ ਮੋਰਾਂ ਵਾਲੀ ਸੀ ਸਾਡਾ ਪਿੰਡ। ਮੋਰਾਂ ਵਾਲੀ ਮਾਂ? ਹਾਂ ਜੀ ਮੋਰਾਂ ਵਾਲੀ ਪਿੰਡ ਸੀ ਮਾਂ। ਹਾਂ ਜੀ ਮੋਰਾਂ ਵਾਲੀ ਪਿੰਡ ਸੀ। ਤੇ ਲਾਗੇ ਲਾਗੇ ਪਿੰਡ ਕਿਹੜੇ ਸੀ ਉੱਥੇ? ਲਾਗੇ ਲਾਗੇ ਪਿੰਡ ਜੀ ਇੱਕ ਹੈਗੀ ਸੀ ਛੋਕਰਾਂ। ਅੱਛਾ ਛੋਕਰਾਂ। ਉੱਥੇ ਮੇਰੇ ਅੱਬੂ ਦੇ ਨਾਨਕੇ ਸੀਗੇ। ਅੱਛਾ। ਦਾਦੀ ਮੇਰੀ ਦੇ ਮਾਪੇ। ਅੱਛਾ। ਤੇ ਲਾਗੇ ਇੱਕ ਲਸੋਈ ਸੀਗੀ, ਲਸੋਈ ਪਿੰਡ ਜਿਵੇਂ ਆਪਾਂ ਨੌਦਾ, ਉੱਥੇ ਅਸੀਂ ਬੁੜੀਆਂ ਮੁਸਲਮਾਨਾਂ ਦੀਆਂ ਨਾ ਉੱਥੇ ਨਮਾਜ਼ ਪੜ੍ਹਨ ਜਾਂਦੀਆਂ। ਸਾਡੇ ਪਿੰਡ 'ਚ ਸੀਗੇ ਸਿੱਖ ਬਹੁਤੇ, ਉੱਥੇ ਨਹੀਂ ਸੀ ਪੜ੍ਹਾਉਂਦਾ ਹੁੰਦਾ ਕੋਈ, ਮੁਸਲਮਾਨ ਥੋੜ੍ਹੇ ਸੀ ਸਿੱਖ ਜ਼ਿਆਦਾ ਸੀ। ਅਤੇ ਉਹ ਪੈਲੀ ਪੂਲੀ ਉਹਨਾਂ ਦੀ ਬਾਹੁਣੀ, ਮਰਬਿਆਂ ਦੇ ਮਾਲਕ ਅਤੇ ਉਹ ਪੈਲੀ ਪੂਲੀ ਉਹਨਾਂ ਦੀ ਬਾਹੁਣੀ। ਫਿਰ ਜਦੋਂ ਸਾਨੂੰ ਛੱਡ ਕੇ ਗਏ ਨੇ ਨਾ ਉਹ, ਫਿਰ ਸਾਨੂੰ ਉਹ ਨਾਲ ਲੈ ਕੇ ਸਾਡੇ ਸਮਾਨ ਦੇ ਗੱਡੇ ਭਰ ਕੇ ਮਾਲ ਸਾਰਾ ਸਾਡਾ ਲੈ ਕੇ ਨਾ, ਫਿਰ ਉਹ ਸਾਨੂੰ ਹੱਦ ਤੋਂ ਬਾਹਰ ਰਿਸ਼ਤੇਦਾਰਾਂ ਦੇ ਛੱਡ ਕੇ ਗਏ ਨੇ, ਸਾਨੂੰ ਨਹੀਂ ਕੁਛ ਵੀ ਕਿਹਾ ਸਿੱਖਾਂ ਨੇ।
ਜਿਹੜੇ ਹੋਰ ਪਿੰਡ ਸੀ ਨਾ ਉਹਨਾਂ ਦਾ ਵੱਢ ਵਟਾਂਗਾ ਬਹੁਤ ਕੀਤਾ ਤੇ ਬੁੱਢੀਆਂ ਵੀ ਜਵਾਨਾਂ ਨੂੰਹਾਂ ਧੀਆਂ ਲੈ ਗਏ ਸੀ ਤੇ ਬੱਚਿਆਂ ਨੂੰ ਬੁੱਢਿਆਂ ਨੂੰ ਸਭ ਮਾਰ ਮਾਰ ਕੇ ਛੁੱਟੀ ਆਉਂਦੇ ਸੀ ਅਸੀਂ ਕੋਈ ਸਹਿੰਦੇ ਕਿ ਅਸੀਂ ਅਮਨ ਮਾਨ ਨਾਲ ਆ ਗਏ ਹਾਂ ਅੱਛਾ ਤੁਸੀਂ ਜਿਹੜਾ ਪਿੰਡ ਸੀਗਾ ਆਪਣਾ ਮੋਰਾਂ ਵਾਲੀ ਹਾਂਜੀ ਉੱਥੇ ਘਰ ਕਿੱਥੇ ਸੀ ਪਿੰਡ 'ਚ ਲੈਂਦੇ ਬੰਨੇ ਚੜ੍ਹਦੇ ਬੰਨੇ ਕਿੱਥੇ ਸੀ ਘਰ ਵਿਚਕਾਰੇ ਜੇ ਸੀ ਜੀ ਘਰ ਸਾਡਾ ਅੱਛਾ ਹਾਂਜੀ ਵਿਚਕਾਰੇ ਜੇ ਸੀ ਮੈਨੂੰ ਇੰਨਾ ਕੁ ਪਤਾ ਨਹੀਂ ਬਾਪ ਤੁਹਾਡੇ ਕੀ ਕਰਦੇ ਹੁੰਦੇ ਸੀ ਹਾਂ ਜ਼ਿਮੀਂਦਾਰਾ ਕਰਦੇ ਹਾਂ ਜ਼ਿਮੀਂਦਾਰ ਆ ਅੱਛਾ ਖੇਤੀਬਾੜੀ ਨਾਲ ਬੌਂਦੇ ਬੀਜਦੇ ਹੁੰਦੇ ਸੀਗੇ ਸਿੱਖਾਂ ਦੇ ਪਿੰਡ ਸੀ ਜੀ ਉਹਨਾਂ ਦੀ ਪੈਲੀ ਬੌਂਦੇ ਕਿੰਨੇ ਘਰ ਸੀ ਮੁਸਲਮਾਨਾਂ ਦੇ ਉੱਥੇ ਘਰ ਹੈਗੇ ਸੀ ਉੱਥੇ 10-15 10-15 ਘਰ ਕੰਬੋ ਸੀਗੇ ਮਾਂ ਹਾਂ ਉਹ ਕਮੋ ਸੀਗੇ 10-15 ਘਰ ਬਾਕੀ ਪਿੰਡ ਤਾਂ ਸੀ ਕਿੱਡਾ ਵੱਡਾ ਬਾਕੀ ਕਿੰਨੀਆਂ ਨੰਬੜਦਾਰੀਆਂ ਪਿੰਡ ਦੀਆਂ ਯਾਦ ਹਿੰਦੁਸਤਾਨ ਸੀ ਪਿੰਡ ਦੀਆਂ ਕਿੰਨੀਆਂ ਨੰਬੜਦਾਰੀਆਂ ਸੀ ਹੁਣ ਨੰਬੜਦਾਰੀਆਂ ਦਾ ਤਾਂ ਨਹੀਂ ਮੈਨੂੰ ਇੰਨਾ ਪਤਾ ਹੈਗਾ ਮੈਂ ਤੈਨੂੰ ਦੱਸਿਆ ਵੀ ਕਬੂਆਂ ਦੇ ਘਰ ਥੋੜ੍ਹੇ ਸੀ ਅਤੇ ਸਿੱਖਾਂ ਦੇ ਜ਼ਿਆਦਾ ਸੀ ਸਿੱਖ ਸੀ ਮੁਰੱਬਿਆਂ ਵਾਲੇ ਮਾਲਕ ਉਹ ਫਿਰ ਜਿਹੜੇ ਜ਼ਿਮੀਂਦਾਰ ਸੀ ਨਾ ਮੁਸਲਮਾਨ ਉਹ ਸੀਗੇ ਬੇਮਾਲਕ ਉਹ ਫਿਰ ਉਹ ਮਾਲਕ ਉਹਨਾਂ ਦੀ ਉਹ ਵਾਹੁੰਦੇ ਸੀ ਅਤੇ ਉਹ ਵਾਹੁੰਦਿਆਂ ਕਰਕੇ ਕਹਿੰਦਾ ਫਿਰ ਜਾਣੀ ਉਹ ਚੰਗੇ ਭੈਣਾਂ ਭਾਈਆਂ ਵਾਂਗੂੰ ਵਰਤਦੇ ਸੀਗੇ ਤੇ ਜੇ ਮਤਲਬ ਹੁਣ ਚਣੇ ਬੀਜੇ ਹੋਏ ਨਾ ਉਹ ਅਸੀਂ ਇਹਨਾਂ ਨੇ 20-20 ਕਿਲੋ ਆਪਦੀਆਂ ਫੁੱਫੀਆਂ ਨੂੰ ਭੁੰਨ ਕੇ ਦੇ ਕੇ ਆਉਣੇ ਹੁਣ ਪੰਡ ਐਡੀ ਹੋਵੇ ਚਣਿਆਂ ਦੀ ਫਿਰ ਹੀ 20 ਕਿਲੋ ਉਹਨਾਂ 'ਚੋਂ ਭੁੱਜਦੇ ਨੇ ਨਿਕਲਦੇ ਨੇ ਅਤੇ 3-4 ਫੁੱਫੀਆਂ ਤੇ ਮੇਰੀਆਂ ਉਹ ਕਿਹੜੇ ਫੁੱਫੀਆਂ ਕਿੱਥੇ ਰਹਿੰਦੀਆਂ ਤੁਹਾਡੀਆਂ ਫੁੱਫੀਆਂ ਇੱਕ ਮੇਰੀ ਕੋਟਲੇ ਸੀਗੀ ਇੱਕ ਸੀ ਕਿਲੇ ਤੇ ਇੱਕ ਸੀ ਰਾਜੋ ਮਾਜਰੇ ਤੁਹਾਡੇ ਨਾਨਕੇ ਕਿਹੜੇ ਪਿੰਡ ਦੇ ਸੀ ਉੱਥੇ ਮੇਰੇ ਨਾਨਕੇ ਹੈਗੇ ਸੀ ਕਹਿਰੂ ਕਹਿਰੂ ਪਿੰਡ ਹਾਂਜੀ ਕਹਿਰੂ ਪਿੰਡ ਸੀਗਾ ਮੇਰੇ ਨਾਨਕੇ ਸੀ ਉੱਥੇ ਅੱਛਾ 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 ਮਾਂ ਇਹ ਜਿਹੜਾ ਮੋਰਾਂ ਵਾਲੀ ਪਿੰਡ ਸੀ ਲਾਗੇ ਸ਼ਹਿਰ ਕਿਹੜਾ ਲੱਗਦਾ ਸੀ ਤੁਹਾਨੂੰ ਜਿੱਥੇ ਕੋਈ ਸੌਦਾ ਲੈਣ ਜਾਣਾ ਜਿਵੇਂ 5-4 ਕਿਲੋ ਸਮਝਦੀਆਂ ਮੈਂ ਹੁਣ ਯਾਦ ਕਰ ਲੈਂਦੇ ਦੰਦਾਲ ਹੋਣਾ ਉੱਥੇ ਅੱਛਾ ਤੇ ਜਿਹੜੇ ਸੀ ਮੇਰੇ ਨਾਨਕੇ ਉਹਨਾਂ ਨੂੰ ਲੱਗਦੀ ਸੀ ਧੂਰੀ ਜਿਵੇਂ ਆਪਾਂ ਨੂੰ ਪਨਮਾ ਲੱਗਦੀਆਂ ਨੇ ਉਹਨਾਂ ਨੂੰ ਧੂਰੀ ਅੱਡਾ ਲੱਗਦਾ ਸੀਗਾ ਸ਼ਹਿਰ ਵੀ ਧੂਰੀ ਸੀ ਤੇ ਪਿੰਡ ਸੀ ਕਹਿਰੂ ਪਿੰਡ ਸੀ ਕਹਿਰੂ ਆ ਪਨਮਾ ਮੰਗੋਗੇ ਨਾ ਉਹ ਮੇਰੀ ਯਾਦ ਹੈ ਚੰਗੀ ਤਰ੍ਹਾਂ ਇਹ ਨਾ ਮੈਨੂੰ ਸ਼ੱਕ ਪੈਂਦੀ ਹੈ ਵੀ ਦੰਦਾਲ ਹੈਗਾ ਸੀਗਾ ਅੱਡਾ ਉੱਡਾ ਜਾਂ ਸ਼ਹਿਰ ਸ਼ੂਰ ਕਿੱਥੋਂ ਉਦੋਂ ਇੰਨੇ ਸ਼ਹਿਰ ਹੁੰਦੇ ਸੀਗੇ ਅੱਡਾ ਕਿਹੜਾ ਤੁਰ ਕੇ ਮੇਰਾ ਨਾਨਾ ਤੁਰ ਕੇ ਆਉਂਦਾ ਹੁੰਦਾ ਸੀਗਾ ਤੇ ਤੁਰ ਕੇ ਉਹਨੇ ਜਾਣਾ ਉਹਨੇ ਧੀ ਦੇ ਘਰ ਦੀ ਰੋਟੀ ਨਾ ਖਾਣੀ ਬੜਾ ਮੋਟਾ ਸੀ ਮੇਰਾ ਨਾਨਾ ਕੀ ਨਾਂ ਸੀ ਨਾਨੇ ਦਾ ਪੈਰੀਆਂ ਵਾਲਾ ਨਾਨੇ ਦਾ ਨਾਂ ਸੀਗਾ ਨਵੀ ਬਖਸ਼ ਨਵੀ ਬਖਸ਼ ਕਹਿਰੂ ਚ ਰਹਿੰਦਾ ਹਾਂ ਕਹਿਰੂ ਦੇ ਅੱਛਾ 6 ਮਾਮੇ ਸੀ ਮੇਰੇ ਅੱਛਾ 2 ਸੀਆਂ ਉਹਦੀਆਂ ਲੜਕੀਆਂ ਤੇ 6 ਸੀ ਉਹਦੇ ਲੜਕੇ ਹਾਂ ਇੱਕ ਮੇਰੀ ਮਾਸੀ ਸੀ ਇੱਕ ਮੇਰੀ ਅੰਮੀ ਸੀ ਮੇਰੇ ਨਾਨੇ ਨੇ ਨਾ ਵਿੱਚੋਂ ਵਿੱਚੋਂ ਦੀ ਆ ਜਾਣਾ ਉਦੋਂ ਜਾਨਾਂ ਹੁੰਦੀਆਂ ਸੀਗੀਆਂ ਵਿੱਚੋਂ ਵਿੱਚੋਂ ਦੀ ਆ ਜਾਣਾ ਧੀ ਨੂੰ ਮਿਲ ਕੇ ਚੱਲ ਜਾਣਾ ਉਹਨੇ ਧੀ ਦੇ ਘਰ ਦਾ ਪਾਣੀ ਨਹੀਂ ਪੀਣਾ ਕਹਿੰਦਾ ਨਹੀਂ ਪੁੱਤਰਾ ਮੈਂ ਨਾ ਕਿਤੇ ਮਜਬੂਰੀ ਨੂੰ ਆਉਂਦਾ ਹੁੰਦਾ ਸੀ ਉਹ ਕਿਤੇ ਨੌਕਰ ਰੱਖਦੇ ਸੀ ਉਹ ਆਪ ਉਹ ਚੰਗਾ ਮੋਟਾ ਸਹਿੰਦਾ ਸੀ ਬੜਾ ਮੋਟਾ ਸੀ ਮੇਰਾ ਨਾਨਾ ਇੱਥੇ ਆ ਕੇ ਵੀ ਮਾਮੇ ਮੇਰੇ ਨਾ ਬਾਗ ਬੂਗ ਲੈਂਦੇ ਰਹੇ ਉਹਨਾਂ ਨੇ ਖੇਤੀਬਾੜੀ ਨਹੀਂ ਕੀਤੀ ਦੁਕਾਨਾਂ ਪਾ ਲਈਆਂ ਮਨ ਵਾਲੇ ਤੇ ਹੁਣ ਤਾਂ ਮਰ ਮੁੱਕ ਗਏ ਸਾਰੇ ਉਹਨਾਂ ਦੀ ਹੁਣ ਲਾਦ ਬਿਰਲੀ ਬਿਰਲੀ ਰਹਿੰਦੀ ਹੈ ਇੱਕ ਦੋ ਦੀ ਰਹਿੰਦੀ ਹੈ ਇੱਕ ਦੋ ਦੀ ਤਾਂ ਲਾਦ ਵੀ ਸਾਰੀ ਮਰ ਗਈ ਸਹੀ ਅੱਛਾ ਜਿਹੜਾ ਮੋਰਾਂ ਵਾਲੀ ਪਿੰਡ ਸੀ ਹਾਂਜੀ ਕੋਈ ਉੱਥੇ ਦੇ ਕਿਸੇ ਸਿੱਖ ਦਾ ਜਾਂ ਤੁਹਾਡੀ ਸਹੇਲੀ ਜਿਹੜੀ ਸਿੱਖਣੀ ਸਰਦਾਰਨੀ ਦਾ ਨਾਂ ਚੇਤੇ ਮੈਨੂੰ ਨਾਵਾਂ ਦਾ ਨਹੀਂ ਪਤਾ ਹੈ ਤੇ ਨਾਵਾਂ ਦਾ ਹੁਣ ਨਾ ਕੋਈ ਹੈਗਾ ਸਿਆਣਾ ਸਹੇਲੀ ਕੋ ਹੋਵੇ ਨਾ ਕੋਈ ਸਿਆਣਾ ਨਹੀਂ ਨਹੀਂ ਤੁਹਾਡੇ ਨਾਲ ਖੇਡਦੀ ਰਹੀ ਹੋਵੇ ਛੋਟੀ ਖੇਡਦੀ ਹੁਣ ਇੰਨੇ ਇੰਨੇ ਬੱਚਿਆਂ ਨੂੰ ਸਹੇਲਪਣਾ ਕਾਹਦਾ ਉੱਥੇ ਅੱਛਾ ਜਦੋਂ ਵੰਡ ਪਈ ਆ ਹਾਂਜੀ ਕੀ ਹੋਇਆ ਸੀ ਉਦੋਂ ਜਦੋਂ ਪਾਕਿਸਤਾਨ ਬਣਿਆ ਵਾ ਕੀ ਲਾਣ ਹੋਇਆ ਕਿੱਦਾਂ ਘਰੋਂ ਨਿਕਲੇ ਸਾਨੂੰ ਉਹਨਾਂ ਨੇ ਦੱਸਿਆ ਉਹਨਾਂ ਨੂੰ ਖਬਰ ਆਈ ਸਿੱਖਾਂ ਨੂੰ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ ਨਾ ਆਪਣਾ ਸਮਾਨ ਸਮੂਨ ਪੁੰਜ ਲਓ ਬੰਨ ਲਓ ਤੇ ਤੁਹਾਨੂੰ ਅਸੀਂ ਛੱਡਾਈਏ ਤੇ ਵੱਢ ਵਟਾਂਗਾ ਹੋ ਗਿਆ ਰੌਲਾ ਬਣ ਗਿਆ ਪਾਕਿਸਤਾਨ ਵਾਲੇ ਇੱਧਰ ਨੂੰ ਆ ਗਏ ਤੇ ਇੱਧਰਲਿਆਂ ਨੂੰ ਹੁਣ ਪਾਕਿਸਤਾਨ ਜਾਣਾ ਪੈਣਾ ਸਾਨੂੰ ਉਹਨਾਂ ਨੇ ਭੈਣਾਂ ਭਰਾਵਾਂ ਵਾਂਗੂ ਹੀ ਦੱਸਤਾ ਤੀ ਤੁਹਾਡੇ ਪਿੰਡ ਦੇ ਸਿੱਖਾਂ ਨੇ ਹਾਂ ਜੀ ਸਿੱਖਾਂ ਨੇ ਜਿਨ੍ਹਾਂ ਦੀ ਅਸੀਂ ਪੈਲੀ ਵਾਹੁੰਦੇ ਤੇ ਤੈਨੂੰ ਦੱਸੋ ਫਿਰ ਤੇ ਅਸੀਂ ਨਾ ਚੇਤਨ ਜਿੱਦਾਂ ਦੀ ਪੈਲੀ ਵਾਹੁੰਦੇ ਨਾਲੇ ਦੀ ਨਹੀਂ ਸਰਦਾਰ ਸਰਦੂਰ ਇਹਨਾਂ ਨੇ ਹੁਣ ਸਿਆਣਿਆਂ ਨੂੰ ਪਤਾ ਹੈ ਮੈਨੂੰ ਤਾਂ ਨਹੀਂ ਪਤਾ ਅੱਛਾ ਬਟ ਨਾਲੇ ਬੰਦਿਆਂ ਨੂੰ ਪਤਾ ਹੁੰਦਾ ਹਾਂ ਬੰਦਿਆਂ ਨੂੰ ਪਤਾ ਹੁੰਦਾ ਜਿਹੜਾ ਹੁਣ ਮੇਰਾ ਭਰਾ ਹੈ ਨਾ ਉਹ ਇੱਕ ਹੈਗਾ ਤਾਏ ਦਾ ਪੁੱਤਰ ਵੱਡਾ ਤੇ ਉਹਨੂੰ ਨਾਵਾਂ ਦਾ ਪਤਾ ਹੋਊਗਾ ਉਹ ਮੇਰੇ ਤੋਂ ਵੱਡਾ ਹੈ ਕਿੱਥੇ ਰਹਿੰਦਾ ਉਹ ਇੱਥੇ ਆ ਕੱਚੀ ਕੋਠੀ ਹੈ ਤੇ ਮਾਨ ਵਾਲੇ ਤੇ ਉਹਨੂੰ ਪਤਾ ਹੋਊਗਾ ਤੇ ਮੈਨੂੰ ਨਹੀਂ ਨਾਮ ਅੱਛਾ ਫਿਰ ਮੈਂ ਬੱਚੀ ਉਹ ਜਦੋਂ ਵੰਡ ਪੈ ਗਈ ਫਿਰ ਕੀ ਹੋਇਆ ਫਿਰ ਉਹ ਸਾਨੂੰ ਫਿਰ ਛੱਡ ਕੇ ਗਏ ਕਹਿੰਦੇ ਆਪਣਾ ਸਮਾਨ ਸਮੂਨ ਗੱਡੇ ਭਰ ਲਓ ਆਪਣੇ ਮਾਲ ਖੋਲੋ ਅੱਗੇ ਲਾਓ ਤੇ ਬਾਕੀ ਦੇ ਪਿੰਡਾਂ ਤੋਂ ਨਾ ਵੜ ਵੜ ਸੁੱਟੀਆਂ ਤੇ ਕੌਲੀ ਨਹੀਂ ਚੁੱਕਣ ਦਿੱਤੀ ਸੀ ਉਹਨਾਂ ਨੇ ਸਿੱਖਾਂ ਨੇ ਹਾਂ ਇਹ ਹਾਲਾਤ ਚ ਵੱਡੀ ਆਉਂਦੇ ਤੇ ਛੁੱਟੀਆਂ ਤੇ ਵੱਡੀਆਂ ਤੇ ਸਾਨੂੰ ਉਧਰੋਂ ਕੱਢਿਆ ਸੀ ਹੁਣ ਤੁਹਾਨੂੰ ਮਾਰ ਕੇ ਕੱਢਾਂਗੇ ਤੇ ਬੁੜੀਆਂ ਨੂੰ ਜਵਾਨਾਂ ਲਈ ਜਾਂਦੇ ਤੇ ਉਹ
ਤੇ ਸਾਡਾ ਤਾਂ ਪਿੰਡ ਨਾ ਆਮਾਨ ਆਮਾਨ ਤੈਨੂੰ ਦੱਸਿਆ ਵੀ ਅਸੀਂ ਹੱਦ ਸੀ ਜਿਵੇਂ ਆਪਾਂ ਚਲੇ ਜਾਈਏ ਕੋਟਲੇ ਤੇ ਉੱਥੇ ਸੀ ਮੇਰੀ ਫੁੱਫੀ ਰਹਿੰਦੀ ਕਿਲੇ ਕਿਲਾ ਵੱਜਦਾ ਸੀਗਾ ਅੱਛਾ ਤੇ ਉੱਥੇ ਫਿਰ ਚਲੇ ਗਏ ਮਨ ਵਾਲੇ ਜਿੰਨਾ ਫਰਕ ਸੀ ਇੰਨਾ ਮੈਨੂੰ ਪਤਾ ਹੈ ਰਾਤ ਨੂੰ ਛੱਡਣ ਗਏ ਥੇ ਕਿਉਂਕਿ ਵੀ ਜੇ ਅਸੀਂ ਦੇਖ ਲਏ ਨਾ ਸਿੱਖਾਂ ਨੇ ਸਾਡੇ ਨਾਲ ਘਬਰਾਉਣਗੇ ਵੀ ਤੁਸੀਂ ਇਹਨਾਂ ਨੂੰ ਮੁਸਲਮਾਨਾਂ ਨੂੰ ਕਿਉਂ ਛੱਡ ਕੇ ਆਉਣੇ ਹੋ ਅੱਛਾ ਤੁਹਾਨੂੰ ਉਹਨਾਂ ਨੇ ਲੁਕੋ ਕੇ ਛੱਡ ਕੇ ਗਏ ਲੁਕੋ ਕੇ ਛੱਡ ਕੇ ਗਏ ਸਾਡਾ ਬਾਲ ਗੰਗਾ ਨਹੀਂ ਸੀ ਹੋਣ ਦਿੱਤਾ ਉਹਨਾਂ ਨੇ ਸਾਨੂੰ ਏਡਾ ਕੋਈ ਨੀ ਸੀਗਾ ਵੀ ਅਸੀਂ ਮਤਲਬ ਰਾਸ਼ਨ ਲੈਂਦੇ ਜਾਂ ਅਸੀਂ ਭੁੱਖੇ ਮਰਦੇ ਮੰਗਦੇ ਖਾਂਦੇ ਨਾ ਅਸੀਂ ਆਮਨਾ ਮਾਨ ਆ ਕੇ ਸਾਡੇ ਕੋਲ ਪੱਲਾ ਹੈਗਾ ਸੀ ਖਾਣ ਨੂੰ ਤੇ ਫਿਰ ਉੱਥੇ ਆ ਕੇ ਫਿਰ ਮੇਰਾ ਪਿਓ ਲੱਗਿਆ ਸੀ ਇੱਕ ਥਾਂ ਰੋਟੀਆਂ ਤੰਦੂਰ ਲਾਉਂਦੇ ਹੁੰਦੇ ਸੀਗੇ ਤੇ ਫਿਰ ਮੇਰਾ ਪਿਓ ਉੱਥੇ ਜਾਂਦਾ ਹੁੰਦਾ ਸੀ ਫਿਰ ਇੰਨੀਆਂ ਬੜੀਆਂ ਉਹਨੇ ਰੋਟੀਆਂ ਲੈ ਆਉਣੀਆਂ ਕਿਲੇ ਕਿੰਨੇ ਦਿਨ ਰਹੇ ਕਿਲੇ ਤਾਂ ਅਸੀਂ ਰਹੇ ਤੇ ਕੋਈ ਦੋ ਤਿੰਨ ਮਹੀਨੇ ਰਹੇ ਹੋ ਮੈਂ ਜਦ ਤੋਂ ਉੱਥੋਂ ਆਰਡਰ ਆਇਆ ਨਾ ਵੀ ਗੱਡੀਆਂ ਲਾ ਗਈਆਂ ਕਿਲੇ ਬਾਬਾ ਹੋਰ ਵੀ ਦੋ ਇਕੱਠੇ ਹੋਏ ਸੀ ਕਿਲੇ ਹੈ ਕਿਲੇ ਹੋਰ ਵੀ ਦੁਨੀਆ ਇਕੱਠੀ ਹੋਈ ਸੀ ਹੋਰ ਦੁਨੀਆ ਇਕੱਠੀ ਮੈਂ ਤੈਨੂੰ ਦੱਸਾਂ ਵੀ ਮੇਰੀ ਅੰਮੀ ਦੇ ਸੀਗੇ ਮਾਪੇ ਉਹ ਜਾਣੀ ਵੀ ਪਰਲੇ ਬੰਨੇ ਨੇ ਉਹ ਇਲਾਕੇ ਚ ਤੇ ਉਧਰਲੇ ਮਹੱਲੇ ਚ ਬਥੇਰੇ ਉਹਨਾਂ ਦੇ ਭੈਣ ਭਾਈ ਤੇ ਨੇ ਜਿਹੜੇ ਸਾਰੇ ਉੱਥੇ ਆਏ ਸੀਗੇ ਜਿਹਨਾਂ ਜਿਹਨਾਂ ਦੇ ਰਿਸ਼ਤੇਦਾਰ ਤੇ ਨਾ ਕਿਲੇ ਚ ਉੱਥੇ ਹੀ ਆਏ ਸੀ ਸਾਰੇ ਸਹੀ 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 ਬਾਕੀ ਪਿੰਡਾਂ ਨੂੰ ਬਹੁਤ ਵੱਢ ਵਢਾਂਗਾ ਸੱਜੂ ਭੱਟ ਹੋਇਆ ਭੱਦਲ ਵੱਢ ਹੋਇਆ ਭੱਦਲ ਵੱਢ ਮੇਰੀ ਮਾਸੀ ਵਿਆਹ ਹੋਈ ਸੀ ਖਾਲਾਂ ਮੇਰੀ ਤੇ ਉਹਨਾਂ ਨੂੰ ਬਹੁਤ ਵੱਢ ਵਢਾਂਗਾ ਉਹਦੇ ਸੱਸ ਸਹੁਰੇ ਨਾ ਮੇਰੀ ਖਾਲਾਂ ਦੇ ਉਹ ਮਾਪਿਆਂ ਨਾਲ ਸੀਗੀ ਬੰਦਾ ਉਹਦਾ ਅਮਨ ਚ ਮਰ ਗਿਆ ਸੀਗਾ ਉਹ ਸੀ ਮਾਪਿਆਂ ਨਾਲ ਛਿਆਂ ਭਰਾਵਾਂ ਦੀ ਭੈਣ ਸੀ ਇੱਕ ਮੇਰੀ ਅੰਮੀ ਸੀ ਉਹ ਫਿਰ ਰੰਡੀ ਹੋਈ ਕਰਕੇ ਨਾ ਉਹ ਫਿਰ ਛਿਆਂ ਭਰਾਵਾਂ ਦੇ ਆਪਣੇ ਲੀੜੇ ਸਿਉਣ ਜਾਣੇ ਉਹਨੇ ਤੇ ਰੋਟੀ ਖਾਈ ਜਾਣੀ ਤੇ ਫਿਰ ਉਹ ਨਾ ਕੁੜੀਆਂ ਕੁੜੀਆਂ ਤੇ ਦੋ ਉਹ ਫਿਰ ਇੱਧਰ ਆ ਕੇ ਉਹਨੇ ਭਰਾਵਾਂ ਦੇ ਦਿੱਤੀਆਂ ਭਰਾਵਾਂ ਦੇ ਬੱਚਿਆਂ ਨੂੰ ਚੱਲ ਉਹਦੀ ਸੀ ਜਿਹੜੀ ਪੈਲੀ ਫਿਰ ਉਹਨੂੰ ਪੈਲੀ ਆਈ ਹਿੰਦੁਸਤਾਨ ਦੀ ਪੈਲੀ ਸੀ ਨਾ ਉਹਦੇ ਬੰਦੇ ਦੀ ਫਿਰ ਉਹਨੂੰ ਪੈਲੀ ਆਈ ਤਿੰਨ ਢਾਈ ਤਿੰਨ ਸਾਢੇ ਤਿੰਨ ਪੈਲੀਆਂ ਫਿਰ ਉਹ ਆਰਾਮ ਨਾਲ ਆਪਣੀ ਭੋਲੀ ਤੇ ਦੇ ਦੇਣੀ ਉਹਨੇ ਖਾਂਦੀ ਰਹਿਣੀ ਅੱਛਾ ਇਹ ਜਿਹੜਾ ਭੱਦਲ ਵੱਢ ਸੀ ਜਾਂ ਦੂਜੇ ਇਹ ਕੀ ਹੋਇਆ ਸੀ ਉੱਥੇ ਭੱਦਲ ਵੱਢ ਤੇ ਸੱਜੂ ਭੱਟ ਉੱਥੇ ਤੈਨੂੰ ਦੱਸਿਆ ਵੀ ਜਦੋਂ ਉਹਨਾਂ ਨੂੰ ਤੋਰਿਆ ਨਾ ਉਹਨਾਂ ਨੂੰ ਕਹਿਣ ਲੱਗੇ ਵੀ ਨਿਕਲ ਜਾਓ ਇੱਥੋਂ ਮਾਰ ਮਾਰ ਕੇ ਕੱਢਣ ਲੱਗ ਗਿਆ ਅਗਲੇ ਭੱਜ ਲਏ ਜਾਨਾਂ ਆਪਦੀਆਂ ਲੈ ਕੇ ਹੈਂ ਹੋਰ ਜਾਨਾਂ ਹੀ ਲੈ ਕੇ ਭੱਜੇ ਨੇ ਉੱਥੇ ਚੱਕਣ ਕੋਈ ਸਹਿਣ ਜੇ ਕੋਈ ਬਿਸਤਰਾ ਬੁਸਤਰਾ ਚੱਕਦਾ ਚੱਕਣਾ ਕੀ ਸੀ ਉਹ ਤਾਂ ਤੈਨੂੰ ਦੱਸਿਆ ਵੀ ਬੱਚੇ ਇੱਕ ਦੋ ਬੱਚੇ ਇੱਦਾਂ ਸੁੱਟ ਦਿੱਤੇ ਐਡਾ ਬੱਚਾ ਮਾਂ ਨੇ ਸੁੱਟ ਦਿੱਤਾ ਉਹ ਲੱਗਿਆ ਰੋਣ ਕੋਈ ਸੀ ਨਾਲ ਜਿਹੜੇ ਇਹ ਕਹਿੰਦੇ ਨਾ ਫਾਤਮਾ ਚੁੱਕ ਲਿਆ ਕਹਿੰਦੇ ਖਰੇ ਇਹਦਾ ਸਦਕਾ ਅੱਲਾ ਨੇ ਆਪਾਂ ਨੂੰ ਬਚਾ ਦੇਣਾ ਚੁੱਕ ਲਿਆ ਉਹ ਮੁੰਡਾ ਹਜੇ ਹੈਗਾ ਹੁਣ ਪੋਤੇ ਪੋਤੀਆਂ ਵਾਲਾ ਜਿਹੜਾ ਸਿੱਟਿਆ ਹਾਂ ਖਡਾਵਾ ਕਿਸਤੀ ਉਹਦਾ ਨਾਂ ਕਿੱਥੇ ਰਹਿੰਦਾ ਮਾਂ ਉਹ ਇੱਥੇ ਰਹਿੰਦਾ ਹੁਣ ਖਰੇ ਗੁਜਰਾਂ ਵਾਲੇ ਚਲੇ ਗਏ ਉਹ ਕੱਚੀ ਕੋਠੀ ਕਿੱਥੇ ਕਹਿੰਦੇ ਰਹਿੰਦੇ ਜਿਹੜਾ ਦੱਸੇ ਤੁਸੀਂ ਕੱਚੀ ਕੋਠੀ ਤਾਂ ਮੇਰੇ ਮਾਪੇ ਨੇ ਨਾ ਕੱਚੀ ਕੋਠੀ ਤਾਂ ਮੇਰੇ ਮਾਪੇ ਰਹਿੰਦੇ ਨੇ ਕੱਚੀ ਕੋਠੀ ਮਾਨ ਵਾਲੇ ਦੇ ਵਿੱਚ ਕਿ ਪਿੰਡ ਪਰ ਆ ਪੱਕੀ ਸੜਕ ਆਉਂਦੀ ਹੈ ਨਾ ਫੈਸਲਾਬਾਦ ਤੋਂ ਲਾਹੌਰ ਨੂੰ ਜਾਂਦੀ ਹੈ ਇਹਦੇ ਉੱਤੇ ਹੀ ਆ ਉਹ ਮਾਨਦੀਨ ਦਾ ਬਾੜ ਹੈ ਮਾਨਦੀਨ ਦਾ ਹਾਂ ਮਾਨਦੀਨ ਦਾ ਬਾੜ ਹੈ ਉੱਥੇ ਰਹਿੰਦੇ ਉੱਥੇ ਰਹਿੰਦੇ ਨੇ ਉੱਥੇ ਸਾਡਾ ਸਾਰਾ ਪਿੰਡ ਕਬੂਆਂ ਦਾ ਹੀ ਹੈ ਅੱਛਾ ਉਹ ਫਿਰ ਉਹ ਜਿਹੜਾ ਬੱਚੇ ਲੋਕਾਂ ਨੇ ਸਿੱਟੇ ਉੱਥੇ ਫਿਰ ਉਹ ਕਹਿੰਦੇ ਵੀ ਜਾ ਚੁੱਕ ਲਿਆ ਖਰੇ ਇਹਦਾ ਸਦਕਾ ਆਪਾਂ ਨੂੰ ਅੱਲਾ ਬਚਾ ਦੇਵੇ ਫਿਰ ਉਹ ਆ ਗਿਆ ਆਮਨਾ ਮਾਨ ਰਾਤ ਨੂੰ ਚੋਂਦੇ ਸੀ ਤੁਰੇ ਤੁਰ ਕੇ ਆਉਂਦੇ ਸੀ ਉੱਥੇ ਕਿਹੜਾ ਗੱਡੀਆਂ ਲੱਗੀਆਂ ਹੋਈਆਂ ਤੇ ਕਹਿੰਦੇ ਸੀ ਵੀ ਛੁੱਟਤਾ ਉਹਨੇ ਕਹਿੰਦੀ ਵੀ ਇਹਨੇ ਮੈਨੂੰ ਵੀ ਮਰਵਾਉਣਾ ਆਪਦੀਆਂ ਜਾਨਾਂ ਦੀ ਲੋੜ ਅੱਛਾ ਲੋਕਾਂ ਨੇ ਵੀ ਕਿਹਾ ਹੋਣਾ ਕਿ ਬੱਚਾ ਜਿਹੜਾ ਨਾ ਕਹਿੰਦਾ ਵੀ ਚੁੱਕ ਲਾਇਆ ਕਹਿੰਦਾ ਖਰੇ ਇਹਦਾ ਸਦਕਾ ਆਪਾਂ ਨੂੰ ਅੱਲਾ ਬਚਾ ਲਵੇ ਲਓ ਤੈਨੂੰ ਦੱਸਿਆ ਆਮਨਾ ਮਾਨ ਆ ਗਏ ਫਿਰ ਉਹ ਨੀ ਬਹੁਤਾ ਮਾਰੇ ਉੱਥੋਂ ਪਿੰਡੋਂ ਹੀ ਜਿਹੜੇ ਮਾਰਤੇ ਮਾਰਤੇ ਉਹ ਫਿਰ ਆਰਾਮ ਨਾਲ ਆ ਗਏ ਰਾਤ ਨੂੰ ਨਾ ਕਿਲੇ ਰਹੇ 3 ਮਹੀਨੇ ਤੁਸੀਂ ਹਾਂ 2-3 ਮਹੀਨੇ ਅਸੀਂ ਰਹੇ ਫਿਰ ਉੱਥੋਂ ਲੱਗੀਆਂ ਗੱਡੀਆਂ ਫ੍ਰੀ ਇੱਧਰ ਨੂੰ ਬੱਚੇ ਔਰਤਾਂ ਦੇ ਜਿਨ੍ਹਾਂ ਦੇ ਹੋਣ ਵਾਲੇ ਸੀ ਨਾ ਨਹੀਂ ਸੀ ਉਹਨਾਂ ਤੋਂ ਤੁਰਿਆ ਜਾਂਦਾ ਉਹਨਾਂ ਨੂੰ ਗੱਡੀਆਂ ਜਾਂ ਬਹੁਤੇ ਬੁੜੇ ਸੀ ਉਹਨਾਂ ਨੂੰ ਗੱਡੀਆਂ ਜਾਂ ਮਾਤਾ ਉਦੋਂ ਬਹੁਤ ਨਿਕਲੀ ਸੀਗੀ ਉਹ ਮੇਰੀ ਮਾਂ ਹੁਣ ਇੱਦਾਂ ਮੈਨੂੰ ਪਾ ਕੇ ਲਿਆਈ ਸੀ ਹੱਥਾਂ ਤੇ ਤੁਹਾਡੇ ਵੀ ਮਾਤਾ ਨਿਕਲੀ ਸੀ ਹਾਂ ਮੇਰੇ ਵੀ ਆ ਮਾਤਾ ਉਦੋਂ ਹੀ ਨਿਕਲੀ ਹੋਈ ਸੀਗੀ ਤੇ ਮੇਰੀ ਮਾਂ ਨੇ ਫਿਰ ਇੱਦਾਂ ਪਾਇਆ ਮੇਰੀਆਂ ਫੁੱਫੀਆਂ ਨੇ ਨਾ 2-3 ਨਿਆਣੇ ਵਿੱਚ ਚੁੱਕ ਚੁੱਕ ਕੇ ਸਿਰ ਤੇ ਵੀ ਮਾਮੀ ਦੇ ਨਾਲ ਅਸੀਂ ਕਿਵੇਂ ਚੱਕਾਂਗੇ ਹੁਣ ਇਹ ਚੋਂ ਛੋਟਾ ਜਿਹੜਾ ਹੋਵੇ ਉਹਨੂੰ ਚੁੱਕੂਗੀ ਕੋ ਇਹਨੂੰ ਚੁੱਕੇ ਕਿੱਥੇ ਪਿੰਡਾਂ ਕਾਲੂ 5-4 ਮੀਲ ਜਾ ਸਕਦਾ ਮਨ ਨਾਲ ਉਹ ਫਿਰ ਇਸ ਤਰ੍ਹਾਂ ਉਹਨਾਂ ਨੇ 2-3 ਮੁੰਡੇ ਸੁੱਟ ਦਿੱਤੇ ਵਿੱਚ ਵੀ ਲੈ ਮਾਮੀ ਦੇ ਕੋਲ ਬਹਿ ਜਾ ਤੂੰ
ਅੱਛਾ ਤੇ ਉਹ ਇੱਕ ਮੇਰਾ ਦਾਦਾ ਸੀ ਬੁੱਢਾ ਉਹ ਵੀ ਸਾਡੇ ਨਾਲ ਹੀ ਬਹਿ ਗਿਆ ਗੱਡੀ 'ਚ ਬਹਿ ਗਿਆ ਗੱਡੀ 'ਚ ਬਹਿ ਗਿਆ ਟਰੱਕ 'ਚ ਲਾਇਆ ਨਾ ਗੌਰਮੈਂਟ ਨੇ ਟਰੱਕ ਲਾਏ ਸੀਗੇ ਉਹ ਫਿਰ ਲਿਆ ਕੇ ਸਾਨੂੰ ਕੋਟਲੇ 'ਤੇ ਛੱਡ ਕੇ ਗਏ ਕੋਟਲੇ ਕੋਟਲੇ ਸੀ ਨਹਿਰ ਦਾ ਇੱਦਾਂ ਬਾਰਡਰ ਬਣਿਆ ਹੋਇਆ ਉਹ ਨਹਿਰ 'ਚ ਪਾ ਕੇ ਛੱਡ ਗਏ ਫਿਰ ਸਾਨੂੰ ਕਿਸੇ ਨੇ ਨਹੀਂ ਕੁਛ ਵੀ ਕਿਹਾ ਕੋਟਲੇ ਆ ਗਏ ਤੁਸੀਂ ਹਾਂ ਕੋਟਲੇ ਆ ਗਏ ਫਿਰ ਅਸੀਂ ਫਿਰ ਉੱਥੋਂ ਗੱਡੀਆਂ ਲੱਗੀਆਂ ਫਿਰ ਆਏ ਲਾਹੌਰ ਕੋਟਲੇ ਕਿੰਨੇ ਦਿਨ ਰਹੇ ਲਾਹੌਰ ਉਹ ਥੋੜ੍ਹੇ ਦਿਨ ਰਹੇ ਹਾਂ ਵੰਡਿਆਂ ਨੂੰ ਵੱਡੀ ਕੌਲੀ ਮਤਲਬ ਜਿੰਨੀ ਖੁਰਾਕ ਹੁੰਦੀ ਹੋ ਉੱਥੇ ਅਸੀਂ ਮਹੀਨਾ 20 ਦਿਨ ਰਹੇ ਬਾਰੀਆਂ ਸੀ ਬੜੀਆਂ ਬੜੀਆਂ ਬਾਰੀਆਂ 'ਚ ਸਾਡੇ ਸਮਾਨ ਰਖਾ ਤੇ ਆਰਾਮ ਨਾਲ ਤੇ ਜਿਹਨੇ ਕਿਸੇ ਨੇ ਚੌਲ ਚੁਲ ਪਕਾਉਣੇ ਏਦਾਂ ਚੁੱਲ੍ਹਿਆਂ ਦੀ ਲਾਈਨ ਲੱਗੀ ਹੋਣੀ ਬਾਹਰ ਬੜੀ ਦੂਰ ਤਾਈ ਤੇ ਉਹ ਬਾਰੀਆਂ 'ਚ ਅਸੀਂ ਰਹਿੰਦੇ ਰਹੇ ਚੱਲ ਜੀ ਫਿਰ ਉੱਥੋਂ ਫਿਰ ਅਸੀਂ ਆਏ ਅੱਛਾ ਜਦੋਂ ਤੁਸੀਂ ਆਏ ਯਾਰ ਟਰੱਕ ਤੁਹਾਡੇ ਆਏ ਆ ਤੁਹਾਡੇ 'ਚ ਕੋਈ ਰਸਤੇ 'ਚ ਟਰੱਕ ਨੂੰ ਕੋਈ ਹਮਲਾ ਤਾਂ ਨਹੀਂ ਹੋਇਆ ਨਾ ਨਾ ਸਾਡੇ ਹਮਲਾ ਕੋਈ ਨਾ ਆਰਾਮ ਨਾਲ ਆ ਗਏ ਸੀ ਕੋਟਲੇ ਤੇ ਕੋਟਲੇ ਉਹ ਫਿਰ ਤੁਸੀਂ ਲਾਹੌਰ ਟਰੱਕ 'ਚ ਬੈਠੇ ਫਿਰ ਲਾਹੌਰ ਆਏ ਹਾਂ ਫਿਰ ਲਾਹੌਰ ਆਇਆ ਕਿੰਨੀ ਦੇਰ 'ਚ ਪਹੁੰਚੇ ਕੋਟਲੇ ਲਾਹੌਰ ਤੱਕ ਉੱਲਾ ਜਾਣੇ ਹੁਣ ਮੈਨੂੰ ਇੰਨੀ ਦੇਰ ਦਾ ਨਹੀਂ ਨਾ ਪਤਾ ਅੱਛਾ ਜਿਹੜਾ ਤੁਹਾਡੀ ਉਹ ਤੁਸੀਂ ਦੱਸਿਆ ਸੀ ਰਹਿ ਗਈ ਸੀ ਉੱਥੇ ਚਾਚੀ ਮੇਰੀ ਹਾਂ ਕਿਦਾਂ ਉਹ ਕੀ ਹੋਇਆ ਸੀ ਉਹ ਤੈਨੂੰ ਦੱਸਿਆ ਵੀ ਉਹ ਸੋਹਣੀ ਬੜੀ ਸੀਗੀ ਤੇ ਉਹਨੂੰ ਲੈ ਗਏ ਫੜ ਕੇ ਉਹਨਾਂ ਨੂੰ ਕਿਹੜਾ ਪਿੰਡ ਸੀ ਉਹਨਾਂ ਦਾ ਮਾਰ ਗਏ ਉਹਨਾਂ ਦਾ ਪਿੰਡ ਸੀਗਾ ਕਣੀਆਲ 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 ਸੀ ਉੱਥੋਂ ਦੇ ਬਹੁਤ ਮਾਰੇ ਸੀਗੇ ਤੇ ਉਹ ਕਣੀਆਲ ਦੀ ਸੀਗੀ ਸੋਹਣੀ ਬੜੀ ਸੀ ਤੇ ਕਣੀਆ ਇਹ ਵੀ ਇੱਧਰ ਦਾ ਪਿੰਡ ਸੀ ਹਾਂ ਇਹ ਵੀ ਪਿੰਡ ਸੀ ਉੱਧਰ ਲਈ ਮੁਸਲਮਾਨਾਂ ਦਾ ਕਣੀਆਲ ਨਾ ਮੁਸਲਮਾਨਾਂ ਦਾ ਪਿੰਡ ਸੀਗਾ ਉਹ ਨਾ ਪਿੰਡ ਬਸ ਲਾਗੇ ਲਾਗੇ ਦੇ ਇੱਦਾਂ ਹੀ ਘੇਰੂ ਸੱਜੂ ਭੱਟ ਭੱਦਲ ਵੱਡ ਤੇ ਏਦਾਂ ਦੇ ਪਿੰਡ ਸੀਗੇ ਕਬੂਆਂ ਦੇ ਅੱਛਾ ਉਹ ਉੱਥੇ ਰਹਿ ਗਈ ਸੀ ਥੋਈ ਲਸੋਈ ਉਹ ਤੈਨੂੰ ਦੱਸਿਆ ਵੀ ਹਿੰਦੂ ਲੈ ਗਏ ਨਾ ਉਹਨੂੰ ਉਹਨੂੰ ਸਿੱਖ ਲੈ ਗਏ ਸੋਹਣੀ ਦਾ ਕਰਕੇ ਉਹ ਫਿਰ ਭਾਈ ਉੱਥੇ ਰਹਿੰਦੀ ਰਹੀ ਅਸੀਂ ਇੱਧਰ ਨੂੰ ਆ ਕੇ ਜਾ ਕੇ ਅਮਨ ਉਮਨ ਹੋਇਆ ਨਾ ਹੌਲੀ ਹੌਲੀ ਸੂਹ ਕੱਢਦਾ ਰਿਹਾ ਵੀ ਜਿਹੜੀਆਂ ਰਹਿ ਗਈਆਂ ਤੇ ਆ ਗਈਆਂ ਉਹਦੀ ਭਰਜਾਈ ਵੀ ਮੈਂ ਕਹਿੰਦੀਆਂ ਲਿਆਂਦੀ ਸੀ ਇੱਕ ਉਹਦੀ ਨਾ ਮੇਰੀ ਚਾਚੀ ਦੀ ਭਰਜਾਈ ਵੀ ਲਿਆਂਦੀ ਸੀ ਉਹ ਕਣੀਆਲ ਦੀ ਸੀ ਨਾ ਉਹ ਦੋ ਲੈ ਗਏ ਉਸ ਮਾਪਿਆਂ ਦੇ ਕਿ ਅਸੀਂ ਦੋ ਲੈ ਗਏ ਉਹਨਾਂ ਨਾਂ ਨੂੰ ਨਾ ਭਰਜਾਈ ਨੂੰ ਤੇ ਉਹ ਇਸ ਵਜ੍ਹਾ ਤੋਂ ਨਾ ਫਿਰ ਹੌਲੀ 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 ਇਹ ਤਾਂ ਲੈ ਆਇਆ ਸੀ ਤੇ ਉਹ ਮੇਰੀ ਚਾਚੀ ਆ ਗਈ ਸੀਗੀ ਅੱਛਾ ਉਹਦੇ ਬੱਚੇ ਵਿੱਚ ਜਦੋਂ ਆਈ ਬੱਚੇ ਤੈਨੂੰ ਦੱਸਿਆ ਵੀ ਉਹਦੇ ਕੁੱਛੜ ਬੱਚਾ ਸੀ ਜਦੋਂ ਉਹ ਸਿੱਖ ਲਗਾਏ ਨੇ ਉਹ ਫਿਰ ਕਹਿਣ ਲੱਗਿਆ ਵੀ ਭਾਈ ਜਦੋਂ ਇਹ ਆਈ ਹੈ ਨਾ ਮੇਰੇ ਘਰੇ ਏਡਾ ਹੀ ਬੱਚਾ ਸੀਗਾ ਓਡਾ ਹੀ ਬੱਚਾ ਹੁਣ ਇਹਦੇ ਕੁੱਛੜ ਜੇ ਤੂੰ ਮਾਰਨਾ ਫਿਰ ਬੱਚਾ ਮੈਂ ਲੈ ਲੈਣਾ ਅਕਸਰ ਬੱਚਾ ਤੁਹਾਨੂੰ ਪਤਾ ਹਰ ਕਿਸੇ ਨੂੰ ਪਿਆਰਾ ਹੁੰਦਾ ਫਿਰ ਮੈਂ ਬੱਚਾ ਲੈ ਲੈਣਾ ਤੇ ਜੇ ਤੂੰ ਰੱਖਣਾ ਤੇ ਫਿਰ ਮੈਂ ਦੇ ਦਿੰਦਾ ਤੈਨੂੰ ਤੇ ਇਹਨੂੰ ਆਪਣਾ ਪੁੱਤ ਬਣਾ ਕੇ ਰੱਖੀ ਰਿਸ਼ਤੇਦਾਰਾਂ ਤੋਂ ਕੱਢੀ ਵੀ ਫਲਾਣੇ ਥਾਂ ਰਹਿੰਦੀਆਂ ਨੇ ਤੇ ਕੱਢ ਕੁੱਢ ਕੇ ਫਿਰ ਉਹ ਉਹਦੇ ਮੱਥੇ ਲੱਗਿਆ ਮੰਗਣ ਵਾਲਾ ਬਣ ਕੇ ਕੜਾ ਪਾਇਆ ਕੱਛ ਕੜਾ ਕਿਰਪਾਨ ਇਹ ਕੁਛ ਹੁੰਦਾ ਸੀ ਉਹਨਾਂ ਦੇ ਫਿਰ ਜੀ ਪਿਆਰ ਬੜਾ ਸੀ ਸੋਹਣੀ ਵੀ ਬੜੀ ਸੀ ਜਵਾਨ ਵੀ ਬੜੀ ਜਦੋਂ ਲੱਭ ਗਈ ਫਿਰ ਉਹਨੇ ਕੀ ਕੀਤਾ ਜਦੋਂ ਲੱਭ ਗਈ ਉਹ ਫਿਰ ਜਦੋਂ ਉਹਨੇ ਕੀਤਾ ਫਿਰ ਉਹ ਲੈ ਗਿਆ ਮਿਲਟਰੀ ਨੂੰ ਫਿਰ ਮਿਲਟਰੀ ਲੈ ਗਿਆ ਮਿਲਟਰੀ ਕਹਿੰਦੇ ਹੁੰਦੇ ਅੱਗੇ ਪੁਲਿਸ ਨੂੰ ਫਿਰ ਉਹ ਮਿਲਟਰੀ ਲੈ ਗਿਆ ਫਿਰ ਮਿਲਟਰੀ ਜਾ ਕੇ ਚੱਲ ਜੀ ਉਹਦੇ ਬੂਹੇ ਤੇ ਲੈ ਗਿਆ ਉਹ ਮੰਨ ਗਿਆ ਕਹਿਣ ਲੱਗਾ ਜੀ ਹਾਂ ਲਿਆਂਦੀਆਂ ਨੇ ਤੇ ਤੁਸੀਂ ਹੁਣ ਲੈ ਜਾਓ ਆਪਣੀ ਨੂੰ ਲਿਜਾਣੀਆਂ ਲੈ ਜਾਓ ਬਾਕੀ ਇਹ ਬੱਚਾ ਹੈ ਏਡਾ ਬੱਚਾ ਸੀ ਇਹਦੀ ਕੁੱਛੜ ਜਦੋਂ ਮੈਂ ਲਿਆਇਆ ਤੇ ਹੁਣ ਓਡਾ ਹੀ ਬੱਚਾ ਜੇ ਤਾਂ ਤੁਸੀਂ ਇਹਨੂੰ ਰੱਖੋ ਜੀਂਦਾ ਆਪਣਾ ਪੁੱਤ ਬਣਾ ਕੇ ਫਿਰ ਤਾਂ ਲੈ ਜਾਓ ਨਹੀਂ ਫਿਰ ਮੈਂ ਲੈ ਲੈਂਦਾ ਇਹਦਾ ਦਿਲ ਨਹੀਂ ਮੈਂ ਦਿਖਾਉਂਦਾ ਤੇ ਉਹਦਾ ਵੀ ਦਿਲ ਘਟੇ ਜਨਾਨੀ ਦਾ ਵੀ ਕਹਿਣ ਲੱਗਿਆ ਨਹੀਂ ਜੀ ਬੱਚਾ ਮੈਂ ਰੱਖੂ ਫਿਰ ਉਹਨੇ ਗੱਲ ਕੀਤੀ ਪੁੱਛਿਆ ਕਹਿਣ ਲੱਗੇ ਵੀ ਦੱਸ ਫਿਰ ਬੱਚਾ ਸੀ ਮੇਰੇ ਕੋਲ ਉਦੋਂ ਤੇ ਹੁਣ ਦੱਸ ਫਿਰ ਲੈ ਚੱਲੀਏ ਕਿ ਕਹਿਣ ਲੱਗਿਆ ਨਹੀਂ ਲੈ ਚੱਲ ਖਰਾ ਅੱਲਾ ਨੇ ਇਹਦਾ ਸਦਕਾ ਮੈਨੂੰ ਹੋਰ ਦੇ ਦਿੰਦੇ ਨੇ ਨਾ ਬੱਚਾ ਲੈ ਚੱਲ ਮੈਂ ਆਪਣਾ ਪੁੱਤਰ ਬਣਾ ਕੇ ਰੱਖੂ ਚੱਲ ਜੀ ਫਿਰ ਉਹ ਲੈ ਆਇਆ ਫਿਰ ਤੈਨੂੰ ਦੱਸਿਆ ਚਾਰ ਪੁੱਤ ਇਹਦੇ 'ਚ ਹੋਏ ਮੇਰੇ ਚਾਚੇ 'ਚੋਂ ਪੰਜਵਾਂ ਉਹ ਹੋਇਆ ਤੇ ਪੰਜਵਾਂ ਉਹ ਫਿਰ ਆਪਣੇ ਤਾਇਆਂ ਚਾਚਿਆਂ 'ਚ ਵਿਆਹ ਤਾਂ ਭਰਾ ਦੇ ਘਰੇ ਅੱਛਾ ਫਿਰ ਨੋਧੇ ਆਇਆ ਸੀ ਉਹ ਨਹੀਂ ਨੋਧੇ ਨਹੀਂ ਉਹ ਰੋੜੀ ਹੈ ਰੋੜੀ ਇੱਥੇ ਤੇ ਉਹ ਰੋੜੀ ਆ ਗਏ ਮਨ ਨਾਲ ਤਾਂ ਥੋੜ੍ਹਾ ਜਿਹਾ ਫਰਕ ਤੇ ਰੋੜੀ ਹੈ ਤੇ ਉਹ ਫਿਰ ਉੱਥੇ ਰੋੜੀ ਆ ਗਏ ਉਹ ਉੱਥੇ ਰਹਿੰਦੇ ਨੇ ਹੁਣ ਵੀ ਅਸੀਂ ਜਾਂਦੇ ਹੁੰਦੇ ਹਾਂ ਸ਼ਰੀਕ ਹੈ ਨਾ ਸਾਡਾ ਵਿਆਹਾਂ ਸ਼ਾਦੀਆਂ 'ਚ ਜਾਂਦੇ ਹੁੰਦੇ ਹਾਂ ਅਸੀਂ
ਉਹ ਫਿਰ ਗੁਜਰਾਂ ਵਾਲੇ ਚਲੇ ਗਏ ਅੱਛਾ ਰੋੜੀ ਤੋਂ ਵੀ ਨਾ ਉਜੜ ਕੇ ਗੁਜਰਾਂ ਵਾਲੇ ਚਲੇ ਗਏ ਅੱਛਾ ਐਦਾਂ ਹੋਈ ਆ ਜਿਹੜਾ ਪਾਕਿਸਤਾਨ ਬਣਿਆ ਬੜਾ ਔਖਾ ਬਣਿਆ ਬੜੇ ਦੁੱਖਾਂ ਤਕਲੀਫਾਂ ਬੜੇ ਦੁੱਖਾਂ ਤਕਲੀਫਾਂ ਨਾਲ ਬਣਿਆ ਗੱਲ ਕਰੋ ਵੀ ਮੁਸਲਮਾਨਾਂ ਵਾਸਤੇ ਨਾ ਬਿਹਤਰੀ ਹੋ ਗਈ ਕੋਈ ਹੱਜ ਕਰਦਾ ਨਮਾਜ਼ ਪੜ੍ਹਦਾ ਉੱਥੇ ਕਦੋਂ ਨਮਾਜ਼ ਰੋਜ਼ਾ ਤੈਨੂੰ ਦੱਸਿਆ ਜਾਂਦੇ ਸੀ ਜਦ ਮੇਰੇ ਪਿਓ ਨੂੰ ਕਿਹਾ ਨਾ ਮੇਰੀ ਮਾਂ ਨੇ ਵੀ ਇੱਥੇ ਵਾਂਗ ਵੂੰਗ ਕੋਈ ਨਹੀਂ ਹੁੰਦੀ ਹੈਗੀ ਹੈ ਅਜ਼ਾਨ ਨਮਾਜ਼ ਪੜ੍ਹਦਾ ਨਹੀਂ ਕੋਈ ਵੀ ਕਹਿਣ ਲੱਗਿਆ ਵੀ ਇਹ ਹੈਗਾ ਹਿੰਦੂਆਂ ਦਾ ਪਿੰਡ ਅਤੇ ਮੁਸਲਮਾਨ ਨੇ ਥੋੜ੍ਹੀ ਉਹਨਾਂ ਦੀ ਬੁੱਕਤ ਨਹੀਂ ਫਿਰ ਆਈ ਈਦ ਮੇਰੀ ਅੰਮੀ ਨੇ ਕਹਿਣਾ ਹਾਏ ਹੈ ਅਸੀਂ ਤਾਂ ਈਦ ਵਾਲੇ ਦਿਨ ਛੁੱਟੀ ਕਰਦੇ ਹੁੰਦੇ ਦਵਾ ਦਾ ਗੋਹਾ ਕੂੜਾ ਸੁੱਟਣਾ ਅਤੇ ਰੋਟੀ ਪਕਾਉਣੀ ਚੌਲ ਪਕਾਉਣੇ ਸੇਵੀਆਂ ਪਕਾਉਣੀਆਂ ਅਤੇ ਹੈ ਇੱਥੇ ਤਾਂ ਕੁਛ ਵੀ ਨਹੀਂ ਹੈ ਖੂਹ ਵਗਦੇ ਨੇ ਹਲ ਵਗਦੇ ਨੇ ਅਤੇ ਮੈਨੂੰ ਰੋਟੀ ਦੇ ਕੇ ਚੱਲਦੇ ਕਦੇ ਸਾਰੇ ਰਸਤੇ ਮੈਂ ਰੋਂਦੀ ਜਾਣਾ ਫਿਰ ਮੁੜ ਕੇ ਆਉਂਦੀ ਈਦ ਨੂੰ ਉਹਨੇ ਦੱਸਿਆ ਆਪਦੇ ਭਰਾ ਨੂੰ ਫਿਰ ਮੁੜ ਕੇ ਜੀ ਉਹਨੇ ਰੋਜੇ ਵੀ ਰੱਖੇ ਰੋਜੇ ਰੱਖੇ ਫਿਰ ਉਹਦੀ ਸੱਸ ਨੇ ਸੇਵੀਆਂ ਵਰਤਦੇ ਹੁੰਦੇ ਸੀ ਘੋੜੀ ਨਾਲ ਅਤੇ ਉਹਨੀ ਸੱਸ ਨੇ ਸੇਵੀਆਂ ਪਕਾਈਆਂ ਸੇਵੀਆਂ ਪਕਾ ਕੇ ਕਹਿੰਦੀ ਵੀ ਜਨਤੇ ਜੰਨੀ ਹੁੰਦਾ ਸੀ ਮੇਰੀ ਅੰਮੀ ਦਾ ਨਾਮ ਜਨਤੇ ਕਹਿੰਦੀ ਵੀ ਜਨਤੇ ਤੂੰ ਨਾ ਰੋਟੀ ਖਾ ਲੈ ਹੁਣ ਹੱਥ ਧੋ ਲੈ ਅਤੇ ਤੂੰ ਰੋਟੀ ਖਾ ਲੈ ਚੱਲ ਜੀ ਉਹਨੇ ਰੋਟੀ ਖਾਧੀ ਹੱਥ ਧੋਤੇ ਉਹਨੂੰ ਵੀ ਚਾਹ ਚੜ੍ਹ ਕੇ ਵੀ ਸ਼ੁਕਰ ਹੈ ਜੀ ਈਦ ਹੋ ਗਈ ਸਾਡੀ ਵੀ ਅਗਰ ਫਿਰ ਬੱਚਿਆਂ ਵਾਲੀ ਹੋ ਗਈ ਫਿਰ ਹੁਣ ਤੁਹਾਨੂੰ ਪਤਾ ਵੀ ਸਾਰੀ ਉਮਰ ਮਾਪਿਆਂ ਦੇ ਤਾਂ ਨਹੀਂ ਨਾ ਰਹਿ ਜਾਂਦਾ ਫਿਰ ਉਹ ਲਾਗੇ ਜਿਹੜੀ ਤੈਨੂੰ ਦੱਸਿਆ ਨਾ ਥੋਈ ਸੀ ਖਰੇ ਲਸੋਈ ਸੀ ਅਤੇ ਉਹ ਉੱਥੇ ਸੀ ਮੁਸਲਮਾਨ ਬਾਵਾ ਉੱਥੇ ਫਿਰ ਉਹ ਗਈ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਸਹੇਲੀ ਉੱਥੋਂ ਤੇ ਫਿਰ ਮੇਰੀ ਮਾਂ ਦੇ ਮਾਪਿਆਂ ਦੀ ਕੁਛ ਕੁੜੀ ਵਿਆਹੀ ਹੋਈ ਉਹਦੀ ਵਾਕਫੀਤ ਹੋ ਗਈ ਕਹਿਣ ਲੱਗੀ ਵੀ ਇਹ ਉੱਥੋਂ ਦੀ ਆ ਕੇ ਹੀਰੋ ਦੀ ਹੈ ਜੰਨੀ ਅਤੇ ਉਹ ਹੌਲੀ ਹੌਲੀ ਫਿਰਦਿਆਂ ਤੁਰਦਿਆਂ ਘੁਮਾਰੀ ਸੀ ਘੁਮਾਰਾਂ ਦੀ ਕੁੜੀ ਅਤੇ ਉਹਨੇ ਫਿਰ ਉੱਥੇ ਦੁਆ ਸਲਾਮ ਲੈਤੀ ਅਤੇ ਉਹਨੂੰ ਘਰ ਲੈ ਗਈ ਅਤੇ ਇਸ ਤਰ੍ਹਾਂ ਹੁੰਦੀ ਆ ਗੱਲ ਉਹ ਫਿਰ ਵੀ ਉੱਥੇ ਈਦ ਪੜ੍ਹਨ ਗਈਆਂ ਪੰਜ ਸੱਤ ਕਬੋਆਂ ਦੀਆਂ ਕੁੜੀਆਂ ਬੁੜੀਆਂ ਨਾ ਉੱਥੇ ਫਿਰ ਈਦ ਪੜ੍ਹ ਗਈਆਂ ਜਿਵੇਂ ਆਪਾਂ ਬਸ ਨੌਦੇ ਚੱਲ ਜਾਏ ਇੰਨਾ ਕੁ ਫਰਕ ਸੀਗਾ ਇੰਨਾ ਫੈਸਲਾ ਅਤੇ ਉੱਥੇ ਫਿਰ ਉਹ ਈਦ ਪੜ੍ਹ ਕੇ ਆਈਆਂ ਤਹਿਸੀਲ ਸ਼ਾਹਕੋਟ ਤੇ ਜ਼ਿਲ੍ਹਾ ਨਨਕਾਣਾ ਸਾਹਿਬ 'ਚ ਇਹਨਾਂ ਦਾ ਪਿਛਲਾ ਪਿੰਡ ਸੀ ਮੋਰਾਂ ਵਾਲੀ ਜਿਹੜਾ ਕਿ ਰਿਆਸ ਪਟਿਆਲੇ 'ਚ ਸੀਗਾ ਜ਼ਿਲ੍ਹਾ ਜਲੰਧਰ ਸੀ ਮਾਂ ਜੀ ਲੁਧਿਆਣਾ ਸੰਤਾਲੀ ਦੀ ਕਹਾਣੀ ਸੁਣੀ ਔਰ ਤੁਹਾਡੇ ਰੂਪ ਪੇਸ਼ ਕੀਤੀ ਸਾਨੂੰ ਹੁਣ ਇਜਾਜ਼ਤ ਦਿਓ ਫਿਰ ਮਿਲਾਂਗੇ ਨਵੀਂ ਕਹਾਣੀ ਦੇ ਨਾਲ ਨਵੇਂ ਬਜ਼ੁਰਗਾਂ ਦੇ ਨਾਲ ਜੁੜੇ ਵਾਸਤੇ ਰੋਜ਼ਗਾਰ